ਆਸਟ੍ਰੇਲੀਆ ਦੇ ਵਿੱਚ ਨਾ ਬਹੁਤ ਜ਼ਿਆਦਾ ਮੀਂਹ ਆ ਰਿਹਾ ਜਿਹਦੇ ਕਰਕੇ ਆਸਟ੍ਰੇਲੀਆ ਦੇ ਵਿੱਚ ਫਲੱਡ ਆ ਗਿਆ ਤੇ ਆਪਣਾ ਫਾਰਮ ਵੀ ਮੀਂਹ ਦੀ ਮਾਰ ਹੇਠ ਆ ਗਿਆ ਫਲੱਡ ਤੋਂ ਬਚਿਆ ਹੋਇਆ ਪਰ ਮੀਂਹ ਦੀ ਮਾਰ ਹੇਠ ਆ ਜਿਹਦੇ ਕਰਕੇ ਕੀ ਹੁੰਦਾ ਨਾ ਕਿ ਜ਼ਿਆਦਾਤਰ ਗਾਵਾਂ ਗਿੱਲੇ ਪੈੜੀ ਦੇ ਵਿੱਚ ਜਾਂਦੀਆਂ ਜਿੱਥੇ ਇਹ ਘਾਹ ਚਰਨ ਜਾਂਦੀਆਂ ਉਹ ਥਾਂ ਗਿੱਲੀ ਹੁੰਦੀ ਆ ਇਹਦੇ ਨਾਲ ਕੀ ਹੁੰਦਾ ਗਾਵਾਂ ਦੇ ਕਈ ਵਾਰੀ ਪੈਰ ਖਰਾਬ ਹੋ ਜਾਂਦੇ ਆ ਤੇ ਇਹਦੇ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਨਾ ਤਾਂ ਹਿਊਮਿਡਿਟੀ ਜ਼ਿਆਦਾ ਹੋਣ ਦੇ ਕਰਕੇ ਗਾਵਾਂ ਦੇ ਛਿੱਡੀਆਂ ਬਣਨ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਆ ਕਈ ਹੋਰ ਤਰੀਕੇ ਦੀਆਂ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਗਾਵਾਂ ਨੂੰ ਪਰ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਗਾਵਾਂ ਮੀਂਹ ਦੇ ਵਿੱਚ ਵੀ ਬਾਹਰ ਖੁੱਲੀਆਂ ਚਰਦੀਆਂ ਰਹਿੰਦੀਆਂ ਨੇ ਕਿਉਂਕਿ ਇਹ ਜਦੋਂ ਵੱਛੀਆਂ ਹੁੰਦੀਆਂ ਨੇ ਇਹਨਾਂ ਨੂੰ ਉਦੋਂ ਤੋਂ ਹੀ ਇਸ ਤਰੀਕੇ ਤਿਆਰ ਕੀਤਾ ਜਾਂਦਾ ਕਿ ਇਹ ਵੱਡੀਆਂ ਹੋ ਕੇ ਵੀ ਮੀਂਹ ਦੇ ਵਿੱਚ ਬਾਹਰ ਗਾਵਾਂ ਘਾਹ ਚਰ ਸਕਣ ਤਾਂ ਕਰਕੇ ਮੀਂਹ ਦੇ ਨਾਲ ਇਹਨਾਂ ਨੂੰ ਬਿਮਾਰ ਹੋਣ ਦਾ ਕੋਈ ਖਤਰਾ ਨਹੀਂ ਹੁੰਦਾ ਪਰ ਇਨਫੈਕਸ਼ਨ ਜਾਂ ਮਸਟੈਟਸ ਬਣਨ ਦੇ ਚਾਂਸਸ ਮੀਂਹ ਦੇ ਵਿੱਚ ਜ਼ਿਆਦਾ ਹੋ ਜਾਂਦੇ ਆ ਪੈਰ ਗਲਣ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਆ ਤੇ ਇੱਦਾਂ ਦੀਆਂ ਆਸਟ੍ਰੇਲੀਆ ਦੇ ਡੇਅਰੀ ਫਾਰਮ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਦੇ ਲਈ ਫੋਲੋ ਜ਼ਰੂਰ ਕਰ ਲਿਓ।